कोरोना वायरस ਕਰਕੇ ਜਾਰੀ ਲੋਕਡਾਊਨ ਦਰਮਿਆਨ ਇੱਕ ਰੂਹ ਨੂੰ ਸਕੂਨ ਦਿੰਦੀ ਅਤੇ ਆਪਸੀ ਭਾਈਚਾਰੇ ਨੂੰ ਬਿਆਨ ਕਰਦੀ ਤਸਵੀਰ ਸਾਹਮਣੇ ਆਈ ਹੈ ਵਾਦੀ ਕਸ਼ਮੀਰ ਤੋਂ ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਇੱਕ ਸਿੱਖ ਦਾ ਅੰਤਿਮ ਸੰਸਕਾਰ ਕਰ ਇਨਸਾਨੀਅਤ ਦੀ ਜੋ ਤਸਵੀਰ ਬਿਆਨ ਕੀਤੀ ਗਈ ਉਹ ਧਰਮ ਦੀਆਂ ਲੀਹਾਂ ਤੇ ਮੁਲਕ ਨੂੰ ਵੰਡਣ ਨੂੰ ਉਤਾਰੂ ਤਾਕਤਾਂ ਦੇ ਸਾਹਮਣੇ ਇੱਕ ਨਜ਼ੀਰ ਹੈ ਅਸਲ ਵਿੱਚ ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਪੰਜਾਬ ਵਾਸੀ ਰਣਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹ ਗਾਂਦਰਵਾਲ ਜ਼ਿਲ੍ਹੇ ਦੇ ਵਕੌਰਾ ਇਲਾਕੇ ਵਿੱਚ ਕਾਰਪੇਂਟਰ ਦਾ ਕੰਮ ਕਰਦਾ ਸੀ ਇਤੇ ਉਸਦੀ ਅਚਾਨਕ ਮੌਤ ਹੋ ਗਈ ਰਣਵੀਰ ਸਿੰਘ ਇਸ ਇਲਾਕੇ ਤੋਂ 35 ਕਿਲੋਮੀਟਰ ਦੂਰ ਇੱਕ ਕਿਰਾਏ ਦੇ ਘਰ ਵਿੱਚ ਆਪਣੇ ਕੁਝ ਹੋਰ ਸਾਥੀਆਂ ਸਮੇਤ ਰਹਿੰਦਾ ਸੀ ਉਸਦਾ ਪਰਿਵਾਰ ਪੰਜਾਬ ਵਿੱਚ ਸੀ ਅਤੇ ਉਸਦਾ ਕੋਈ ਹੋਰ ਨਹੀਂ ਸੀ ਪਰ ਮੁਸਲਿਮ ਬਹੁਲ ਇਲਾਕੇ ਵਿੱਚ ਇਸ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਗਈ ਜਿਵੇਂ ਉਸ ਦੀ ਮੌਤ ਦੀ ਖਬਰ ਉਹਨਾਂ ਨੂੰ ਮਿਲੀ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਫਿਰ ਮੁਸਲਿਮ ਪਰਿਵਾਰਾਂ ਵੱਲੋਂ ਸਿੱਖ ਰਹੁ ਰੀਤਾਂ ਮੁਤਾਬਕ ਉਸਦਾ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਵਕੌਰਾ ਦੇ ਤਹਿਸੀਲਦਾਰ ਗੁਲਾਮ ਅਹਿਮਦ ਪੱਟ ਮੌਜੂਦ ਰਹੇ ਉਹਨਾਂ ਦਾ ਕਹਿਣਾ ਹੈ ਕਿ ਬੀਰ ਸਿੰਘ ਦੇ ਅੰਤਿਮ ਸੰਸਕਾਰ ਲਈ ਸਾਰੇ ਪ੍ਰਬੰਧ ਸਥਾਨਕ ਮੁਸਲਿਮ ਭਾਈਚਾਰੇ ਵੱਲੋਂ ਕੀਤੇ ਗਏ ਪੂਰਾ ਖਰਚ ਉਹਨਾਂ ਵੱਲੋਂ ਕੀਤਾ ਗਿਆ ਇੱਥੋਂ ਤੱਕ ਕਿ ਉਹਨਾਂ ਵੱਲੋਂ ਸਾਂਝੇ ਤੌਰ ਤੇ ਕੁਝ ਪੈਸਾ ਇਕੱਠਾ ਕਰ ਰਣਵੀਰ ਸਿੰਘ ਦੀ ਪਤਨੀ ਦੇ ਖਾਤੇ ਵਿੱਚ ਵੀ ਪਾਇਆ ਗਿਆ ਇੱਕ ਸਥਾਨਕ ਵਾਸੀ ਅਬਦੁਲ ਰਹਿਮਾਨ ਦਾ ਕਹਿਣਾ ਹੈ ਕਿ ਇੱਕ ਗਵਾਂਢੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਦੁੱਖ ਦੀ ਘੜੀ ਵਿੱਚ ਬਿਨਾਂ ਕਿਸੇ ਦਾ ਧਰਮ ਜਾਤ ਵੇਖੇ ਅਸੀਂ ਉਹਨਾਂ ਦੇ ਕੰਮ ਆਈਏ ਉਹਨਾਂ ਦੀ ਮਦਦ ਕਰੀਏ ਉਹਨਾਂ ਦਾ ਕਹਿਣਾ ਹੈ ਕਿ ਇੱਥੋਂ ਬਾਹਰੋਂ ਆਏ ਕਈ ਲੋਕ ਕੰਮ ਕਰ ਰਹੇ ਹਨ ਉਹ ਸਾਡੇ ਪਰਿਵਾਰ ਦੀ ਤਰ੍ਹਾਂ ਹਨ ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਠੰ ਬਾਤ ਵਿੱਚ ਉਹ ਵਾਦੀ ਕਸ਼ਮੀਰ ਛੱਡ ਕੇ ਚਲੇ ਜਾਂਦੇ ਹਨ ਅਰੇ ਸਰਦੀ ਦੇ ਨਿਕਲਦਿਆਂ ਹੀ ਵਾਪਸ ਕੰਮ ਲਈ ਆ ਜਾਂਦੇ ਹਨ ਉਹ ਸਾਡੇ ਸਮਾਜ ਦਾ ਇੱਕ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ ਕਈ ਸਾਲਾਂ ਤੋਂ ਇੱਥੇ ਕੰਮ ਲਈ ਆ ਰਹੇ ਹਨ ਸਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਹ ਰਾਕੇਸ਼ ਸਿੰਘ ਇੱਕ ਕਾਰਪੈਂਟਰ ਥਾ ਯਹਾਂ ਪੇ ਇਹ ਪਿਛਲੇ ਕਈ ਸਾਲوں ਸੇ ਯਹਾਂ ਪੇ ਕੰਮ ਕਰਤਾ ਥਾ ਕਾਰਪੈਂਟਰ ਥਾ ਇਹ ਔਰ ਇਸਕੇ ਬਹੁਤ ਸਾਥੀ ਸਾਥੀ ਯਹਾਂ ਪੇ ਕੰਮ ਕਰ ਰਹੇ ਹਨ आज अचानक सुबह कुछ ग्यारह बजे के करीब आ, उसके जहां पर वो रहता है अपने डेरे पर तो वहां उसकी लाश पाई गई एक्चुअली पंजाब से ताल्लुक रखता है इसको दो तीन महीने ये पिछले कई सालों से आता था लेकिन आज इसको दो तीन महीने हो गए यहां पे काम करते हुए लेकिन आज सुबह जब उसकी लाश यहां पर पाई गई तो इसके बाद हम गाँव वालों ने यहाँ पर बहुत कोशिश की उसको घर भेजने की लेकिन आज वो हालात नहीं है यहाँ पर कि हम उसमें कामयाब नहीं हो गई इसको घर भेजने में इसके बाद पूरे गांव के यहां पर हमारे जो जवान हैं हमारे जो वॉन्टियर्स हैं छोटे बड़े सब आ गए और उन्होंने बहुत कंट्रीब्यूट किया इंसानियत की एक मिसाल कायम कर दी उन्होंने यहाँ पर तो अभी जो आप जो दे, देख रहे हैं यहाँ पर तो इसको हमने यहाँ पर इसका जो अंतिम संस्कार हो रहा है लेकिन फिर भी हम इसको पूरी तरह से जो इसके आखिरी रसमात हैं हम इसमें कोई कमी नहीं होने देंगे क्योंकि हम मुसलमान हैं मुस्लिम एरिया से हैं हमको पता नहीं है कैसे करना लेकिन उसके साथ ही जो यहाँ पर चंद बन ਤੇ اور ہمارے گاؤں میں یہاں ਪੰਡਿਤ ਲੋਕ ਵੀ ਰਹਿੰਦੇ ਹਨ ਤਾਂ ਐਸ ਪਰ ਦੇ ਹੈਵ ਐਡਵਾਈਸਡ ਅਸ ਤੋਂ ਇਸ ਤਰੀਕੇ ਸੇ ਅਮਨੇ ਉਸ ਦਾ ਅੰਤਿਮ ਸੰਸਕਾਰ ਚੱਲ ਰਹਾ ਹੈ ਯਹਾਂ ਪਰਨਵੀਰ ਸਿੰਘ ਇਥੇ ਕਾਰਪੈਂਟਰ ਦਾ ਕੰਮ ਕਰਦੇ ਸਨ ਅਤੇ ਵਾਦੀ ਵਿੱਚ ਪਿਛਲੇ ਕਈ ਸਾਲਾਂ ਤੋਂ ਆ ਜਾ ਰਹੇ ਸਨ ਜਦੋਂ ਅਸੀਂ ਉਹਨਾਂ ਦੀ ਮੌਤ ਬਾਰੇ ਸੁਣਿਆ ਤਾਂ ਕਿਉਂਕਿ ਇਸ ਵੇਲੇ ਲਾਕਡਾਊਨ ਲੱਗਾ ਹੈ ਕਿਤੇ ਆਉਣ ਜਾਣਾ ਔਖਾ ਹੈ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਉਸ ਦੇ ਅੰਤਿਮ ਸੰਸਕਾਰ ਲਈ ਅੱਗੇ ਆਉਣਾ ਚਾਹੀਦਾ ਹੈ ਬਿਨਾਂ ਕਿਸੇ ਨੂੰ ਕਹਿ ਲੋਕ ਆ ਬਹਾਰੇ ਅਗਿਆਏ ਸਭ ਨੇ ਮਿਲ ਜੁਲ ਕੇ ਮਦਦ ਕੀਤੀ ਜਿਸ ਨਾਲ ਰਣਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਵਾਕਈ ਧਰਮ ਜਾਤ ਮਜਹਬ ਦੀਆਂ ਸੌੜੀਆਂ ਬਲਗਣਾ ਤੋਂ ਉੱਪਰ ਉੱਠ ਆਪਸੀ ਭਾਈਚਾਰੇ ਦੀ ਉਹ ਮਿਸਾਲ ਹੈ ਜੋ ਸਾਡੇ ਮੁਲਕ ਦੀ ਤੈਜ਼ੀਬ ਹੈ ਬੇਸ਼ੱਕ ਆਪਸੀ ਪਿਆਰ ਮੁਹੱਬਤ ਵਾਲੀ ਇਸ ਫਿਜਾ ਵਿੱਚ ਜ਼ਹਿਰ ਕੋਲਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ ਪਰ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਤਾਂ ਰੂਹ ਨੂੰ ਸਕੂਨ ਦੇਣ ਵਾਲੀਆਂ ਹੁੰਦੀਆਂ ਹਨ ਕਿ ਇਨਸਾਨੀਅਤ ਹਾਲੇ ਵੀ ਜਿੰਦਾ ਹੈ ਅਧਿਆਪਸੀ ਭਾਈਚਾਰਾ ਉਸੇ ਜ਼ਿਦਦ ਨਾਲ ਬਰਕਰਾਰ ਹੈ ਖਾਸ ਕਰਕੇ ਵਾਦੀਏ ਕਸ਼ਮੀਰ ਜਿਨ੍ਹਾਂ ਹਾਲਾਤਾਂ ਨਾਲ ਵਬਸਤਾ ਹੈ ਉਸ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਦੇ ਖਾਸ ਮਾਇਨੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ